ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪ ਸਭ ਬਾਖੂਬੀ ਜਾਣਦੇ ਹੋ ਕਿ ਬੀਤੇ ਦਿਨਾਂ ਦੇ ਵਿੱਚ SGPC ਪ੍ਰਧਾਨ ਲੌਂਗੋਵਾਲ ਸਾਹਮਣੇ ਆਏ ਸੀ, ਜਿਨ੍ਹਾਂ ਨੇ ਪੁਸਤਕਾਂ ਦੇ ਵਿੱਚ ਇਤਿਹਾਸ ਗਲਤ ਛਾਪਣ ਨੂੰ ਲੈ ਕੇ ਸਾਫ਼ ਤੌਰ 'ਤੇ ਇਹ ਗੱਲ ਕਿਹਾ ਸੀ ਕਿ ਅਜਿਹੀ ਮਿਲਾਵਟ ਕਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪਰ ਹੁਣ ਬਲਦੇਵ ਸਿੰਘ ਸਿਰਸਾ ਨੇ SGPC ਨੂੰ ਹੀ ਲੰਮੇ ਹੱਥੀਂ ਲੈਂਦੇ ਹੋਏ ਖਰੀਆਂ ਖਰੀਆਂ ਸੁਣਾਉਂਦਿਆਂ ਕਿਹਾ ਅਤੇ ਇੱਕ ਇੱਕ ਉਹ ਪੁਸਤਕ ਦੱਸੀ ਜੋ SGPC ਦੀ ਪ੍ਰਵਾਨਗੀ ਦੇ ਨਾਲ ਛਾਪੀ ਗਈ, ਜੋ ਵਿਦਿਆਰਥੀਆਂ ਤੱਕ ਪਹੁੰਚਾਈ ਗਈ ਅਤੇ ਜਿਸ ਦੇ ਵਿੱਚ ਸਿੱਖ ਯੋਧਿਆਂ ਤੋਂ ਲੈ ਕੇ ਸਿੱਖ ਗੁਰੂਆਂ ਤੱਕ ਨੂੰ ਡਾਕੂ ਚੋਰ ਲੁਟੇਰੇ ਤੱਕ ਦੱਸਿਆ ਗਿਆ ਹੈ। ਤੇ ਇਹ ਸਭ ਕੁਝ SGPC ਦੀਆਂ ਨਜ਼ਰਾਂ ਦੇ ਸਾਹਮਣੇ SGPC ਦੀ ਪ੍ਰਵਾਨਗੀ ਦੇ ਨਾਲ ਹੀ ਹੋਇਆ। ਦੇਖੋ ਜੀ, ਜਿਹੜੀਆਂ ਕਿਤਾਬਾਂ ਦੀ ਪ੍ਰੈਸ ਕਾਨਫਰੰਸ ਕੀਤੀ ਹੈ, ਮੈਂ ਇਹ ਕਿਤਾਬਾਂ ਇਸ ਕਰਕੇ ਕਿਹਾ ਕਿਉਂਕਿ 2007 ਤੋਂ ਲੈ ਕੇ ਲਗਾਤਾਰ ਮੈਂ ਇਹਨਾਂ ਕਿਤਾਬਾਂ ਦੇ ਸੰਬੰਧ ਵਿੱਚ ਕੇਸ ਲੜਦਾ ਆ ਰਿਹਾ। ਔਰ ਇਹ ਕਿਤਾਬਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਬਲਿਸ਼ ਕੀਤੀਆਂ, ਜਿਸ ਤਰ੍ਹਾਂ ਸਿੱਖ ਇਤਿਹਾਸ ਨਾਮ ਦੀ ਹਿੰਦੀ ਭਾਸ਼ਾ 'ਚ, ਗੁਰਬਿਲਾਸ ਪਾਤਸ਼ਾਹੀ 6ਵੀਂ ਅਤੇ ਗੁਰਮਤਿ ਪ੍ਰਕਾਸ਼ ਮੈਗਜ਼ੀਨ, ਇਹ ਜਿਹੜੇ ਨੇ ਤਿੰਨੋਂ ਕਿਤਾਬਾਂ ਜਿਹੜੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਬਲਿਸ਼ ਕੀਤੀਆਂ ਨੇ। ਕੀ ਗੱਲ ਹੈ ਇਹਨਾਂ ਦੇ ਵਿੱਚ? ਜਿਸ ਤਰ੍ਹਾਂ ਸਿੱਖ ਇਤਿਹਾਸ ਇੰਡੀਆ ਦੇ ਵਿੱਚ ਗੁਰੂ ਸਾਹਿਬਾਂ ਨੂੰ ਚੋਰ, ਡਾਕੂ, ਕਾਤਲ, ਨੌਕਰੀਆਂ ਦੇ ਪੇਟੋਂ ਬੱਚੇ ਜਨਮਣ ਵਾਲੇ ਅਤੇ ਆਤਮ ਹੱਤਿਆ ਕਰਨ ਵਾਲੇ ਜਿਹੜਾ ਇਹਨਾਂ 'ਚ ਲਿਖਿਆ, ਸਿੱਖ ਇਤਿਹਾਸ ਨੂੰ ਸਿੱਖ ਗੁਰੂ ਸਾਹਿਬਾਨਾਂ ਨੂੰ ਬਹੁਤ ਵਿਗਾੜ ਕੇ ਇਹਨਾਂ ਦੇ ਵਿੱਚ ਲਿਖਿਆ। ਇਹਦੇ ਇਹਨਾਂ ਦੇ ਵਿੱਚ ਵੇਖੋ ਜਿਹੜਾ ਹੈ, ਅਸਲ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇੱਕ ਤਾਂ ਜਿਹੜੀ ਸਿੱਖ ਇਤਿਹਾਸ ਹਿੰਦੀ ਹੈ, ਇਹ ਤਾਂ ਗੁਰ ਬੀਬੀ ਜਗੀਰ ਕੌਰ ਜਦੋਂ ਸਾਬਕਾ ਪ੍ਰਧਾਨ ਜਿਹੜੀ ਆ ਉਸ ਟਾਈਮ 'ਤੇ ਪ੍ਰਧਾਨ ਸੀ, 1999 'ਚ ਉਦੋਂ ਪਬਲਿਸ਼ ਹੋਈ ਹੈ। ਅਤੇ ਗੁਰਮਤਿ ਪ੍ਰਕਾਸ਼ ਮੈਗਜ਼ੀਨ ਜਿਹੜਾ, ਇਹ ਸਰਦਾਰ ਅਵਤਾਰ ਸਿੰਘ ਸਾਬਕਾ ਪ੍ਰਧਾਨ SCPC ਜਿਹੜਾ ਉਹਦੇ ਟਾਈਮ 'ਤੇ ਜਿਹੜਾ ਪਬਲਿਸ਼ ਹੋਇਆ ਹੈ। ਇਸੇ ਤਰ੍ਹਾਂ ਜਿਹੜੀ ਗੁਰਬਿਲਾਸ ਪਾਤਸ਼ਾਹੀ 6ਵੀਂ ਹੈ, ਇਹ ਉਸ ਟਾਈਮ 'ਤੇ ਸਾਬਕਾ ਜਿਹੜਾ ਪ੍ਰਧਾਨ ਸੀ ਮਹਿਰੂਮ ਸਰਦਾਰ ਗੁਰਚਰਨ ਸਿੰਘ ਟੌੜਾ, ਉਹਦੇ ਟਾਈਮ 'ਤੇ ਪਬਲਿਸ਼ ਹੋਈ ਹੈ। ਇਹ ਸ਼੍ਰੋਮਣੀ ਕਮੇਟੀ ਨੇ ਤੈਨੂੰ ਪਬਲਿਸ਼ ਕੀਤੀ ਦੇਖੋ ਜੀ, ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਇਹ ਜਿਹੜੀਆਂ ਕਿਤਾਬਾਂ ਨੇ, ਜਿਸ ਤਰ੍ਹਾਂ ਕਿ ਅੱਜ ਸੁਖਬੀਰ ਬਾਦਲ ਜਿਹੜਾ ਉਹ ਪੰਜਾਬ ਸਰਕਾਰ ਜੋ ਸਿੱਖਿਆ ਵਿਭਾਗ ਵੱਲੋਂ ਜਿਹੜੀ +2 ਦੀ ਕਿਤਾਬ ਦੇ ਵਿੱਚ ਗੁਰੂ ਸਾਹਿਬਾਂ ਦੇ ਇਤਿਹਾਸ ਨੂੰ ਵਿਗਾੜ ਕੇ ਜੋ ਲਿਖਿਆ ਗਿਆ, ਉਹਦੇ ਸੰਬੰਧ ਵਿੱਚ ਸੁਖਬੀਰ ਬਾਦਲ ਜਿਹੜਾ ਉਹ ਧਰਨਾ ਲਾ ਕੇ ਬੈਠਾ ਹੈ ਪੰਜਾਬ ਸਰਕਾਰ ਦੇ ਖਿਲਾਫ਼, ਵੀ ਇਹਨਾਂ ਨੇ ਜੋ +2 ਦੀ ਜੋ ਕਿਤਾਬ ਲਿਖੀ ਹੈ ਉਹ ਗਲਤ ਹੈ, ਅਤੇ ਇਹਨਾਂ ਦੇ ਖਿਲਾਫ਼ ਜਿਹੜਾ ਸਿੱਖਿਆ ਵਿਭਾਗ ਦਾ ਜਿਹੜਾ ਬੋਰਡ ਦਾ ਚੇਅਰਮੈਨ ਹੈ ਅਤੇ ਕਮੇਟੀ ਹੈ ਅਤੇ ਸਿੱਖਿਆ ਮੰਤਰੀ 'ਤੇ ਪਰਚੇ ਹੋਣੇ ਚਾਹੀਦੇ ਆ। ਮੈਂ ਸੁਖਬੀਰ ਬਾਦਲ ਦੀ ਇਸ ਗੱਲ ਦੀ ਸਪੋਰਟ ਕਰਦਾ, ਅਤੇ ਇਹਦੇ ਨਾਲ ਹੀ ਮੈਂ ਸੁਖਬੀਰ ਬਾਦਲ ਨੂੰ ਇਹ ਗੱਲ ਕਹਿਣਾ ਚਾਹੁੰਦਾ ਹੈ ਕਿ ਆਹ ਜਿਹੜੀਆਂ ਕਿਤਾਬਾਂ ਤੇਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਪ੍ਰਧਾਨ ਅਤੇ ਹਰ ਤਰ੍ਹਾਂ ਦੇ ਅਹੁਦੇਦਾਰ ਹੁਣ ਤੇਰੀ ਜੇਬ 'ਚੋਂ ਨਿਕਲਦੇ ਆ, ਪਹਿਲਾਂ ਤੇਰੇ ਪਿਤਾ ਦੀ ਜੇਬ 'ਚੋਂ ਨਿਕਲਦੇ ਸੀ, ਅਤੇ ਜਿਹੜੀਆਂ ਇਹਨਾਂ ਨੇ ਗੁਰੂ ਸਾਹਿਬਾਂ ਦੇ ਖਿਲਾਫ਼ ਕਿਤਾਬਾਂ ਪਬਲਿਸ਼ ਕੀਤੀਆਂ ਨੇ, ਇਹਨਾਂ ਦੇ ਖਿਲਾਫ਼ ਵੀ ਜਿਹੜੇ ਨੇ ਪਹਿਲਾਂ ਪਰਚੇ ਦਰਜ ਕਰਾ, ਅਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਸਰਕਾਰ ਨੇ ਜੋ ਗੜਬੜ ਕੀਤੀ ਆ +2 ਦੀ ਕਿਤਾਬ ਵਿੱਚ, ਉਹਨਾਂ ਦੇ ਖਿਲਾਫ਼ ਵੀ ਪਰਚੇ ਹੋਣ ਚਾਹੀਦੇ। ਇਹਦੇ ਵਾਸਤੇ ਜੀ ਕਮੇਟੀ ਬਣੀ ਸੀ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਰਦਾਰ ਕਿਰਪਾਲ ਸਿੰਘ ਵਗੈਰਾ ਜਿਹੜੀ ਕਮੇਟੀ ਬਣੀ ਸੀ, ਜਿਨ੍ਹਾਂ ਨੇ ਕੱਲ੍ਹ ਆਪਣੀ ਪ੍ਰੈਸ ਮੀਟਿੰਗ ਕੀਤੀ ਜਿਹਦੇ ਵਿੱਚ ਆ ਹੁਣ ਬਣੀ ਹੈ, ਉਸ ਸਰਦਾਰ ਕਿਰਪਾਲ ਸਿੰਘ ਜਿਹੜੀ ਕਮੇਟੀ ਬਣੀ ਸੀ, ਉਹਨਾਂ ਨੇ ਆਪਣੀ 11/9/2007 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਹੀ ਕਮੇਟੀ ਬਣਾਈ ਸੀ ਵੀ ਇਹ ਕਿਤਾਬ ਦੀ ਪੜਚੋਲ ਕੀਤੀ ਜਾਵੇ, ਜਿਹੜੀ ਆ ਸਿੱਖ ਇਤਿਹਾਸ ਹਿੰਦੀ ਜਿਹੜੀ ਆ, ਵੀ ਇਹ ਕਿਤਾਬ ਜਿਹੜੀ ਆ, ਇਹ ਕਿਤਾਬ ਕਿਹਨੇ ਪਬਲਿਸ਼ ਕੀਤੀ ਆ, ਆਹ ਜਿਹੜੀ ਆ, ਅਤੇ ਕੌਣ ਸ਼ਰਾਰਤੀ ਦਿਮਾਗ ਹੈ ਕਿਹੜਾ ਜੀ? ਨਹੀਂ ਜੀ, ਇਹ ਕਿਤਾਬਾਂ ਤਾਂ ਮੇਰੇ ਕੇਸ ਕਰਨ ਤੋਂ ਬਾਅਦ ਬੈਨ ਹੋ ਗਈਆਂ ਨੇ, ਰੁਕ ਗਈਆਂ ਨੇ, ਲੇਕਿਨ ਜੇਕਰ ਜਿਹੜੀਆਂ ਕਿਤਾਬਾਂ ਜੇ ਛਪ ਚੁੱਕੀਆਂ ਨੇ ਅਤੇ ਲੋਕਾਂ ਦੇ ਕੋਲ ਨੇ, ਉਹ ਤਾਂ ਉਹਨਾਂ ਦਾ ਕੀ ਹੋਏਗਾ? ਕਿਉਂਕਿ ਸ਼੍ਰੋਮਣੀ ਕਮੇਟੀ ਨੇ ਮਤਾ ਪਾ ਕੇ ਇਹ ਪਏ ਹਨ, ਅਤੇ ਮੈਂ ਇਹਨਾਂ ਕੋਲ ਪੁੱਛਿਆ ਵੀ ਤੁਹਾਡੇ ਕੋਲ ਹੁਣ ਕਿੰਨੀਆਂ ਨੇ,
ਇਹ 300 ਕਿਤਾਬਾਂ ਇਹਨਾਂ ਨੇ ਪਬਲਿਸ਼ ਕੀਤੀਆਂ ਸੀ ਅਤੇ ਇਹਨਾਂ ਦੇ ਕੋਲ ਇਸ ਟਾਈਮ 'ਤੇ ਕੇਵਲ 5 ਕਿਤਾਬਾਂ ਨੇ। 295 ਕਿਤਾਬਾਂ ਜਿਹੜੀਆਂ ਨੇ ਉਹ ਲੋਕਾਂ ਦੇ ਕੋਲ ਨੇ, ਔਰ ਇਹਦੀ ਤਰਜ਼ ਉੱਤੇ ਹਜ਼ਾਰਾਂ ਕਿਤਾਬਾਂ ਹੋਰ ਛਪੀਆਂ ਨੇ ਜਿਹੜੀਆਂ ਸਭ ਲੋਕਾਂ ਦੇ ਕੋਲ ਨੇ, ਉਹ ਉਹਨਾਂ ਕਿਤਾਬਾਂ ਦਾ ਕੌਣ ਜ਼ਿੰਮੇਵਾਰ ਹੈ? ਹਾਂਜੀ, ਪਰਚਾ ਦਰਜ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਜਿਹੜੇ ਸੰਬੰਧਿਤ ਹੋਰ ਅਧਿਕਾਰੀ ਨੇ, ਐਗਜ਼ੈਕਟਿਵ ਮੈਂਬਰ ਸਕੱਤਰ ਵਗੈਰਾ ਸਾਰੇ ਹੋਣੇ ਚਾਹੀਦੇ, ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਸਕੱਤਰ, ਉਹਨਾਂ ਸਾਰਿਆਂ 'ਤੇ ਜਿਹੜੇ ਨੇ ਉਹ ਪਰਚੇ ਹੋਣੇ ਚਾਹੀਦੇ। ਗੁਰੂ ਪਿਆਰਿਓ, ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਸਾਡਾ ਜੋ ਸਿੱਖ ਇਤਿਹਾਸ ਹੈ, ਸਾਡਾ ਜੋ ਵਿਰਸਾ ਹੈ, ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ। ਪਰ ਜਿੱਦਾਂ ਕੁਝ ਘਟੀਆ ਮਸੰਦ ਇਸ ਇਤਿਹਾਸ ਨੂੰ, ਸੱਚੇ ਸੁੱਚੇ ਵਿਰਸੇ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਮੈਲਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਭਗਮਾਕਰਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਤੋਂ ਸਾਨੂੰ ਸਤਰਕ ਰਹਿਣ ਦੀ ਲੋੜ ਹੈ। ਫਿਰ ਚਾਹੇ ਉਹ ਸਾਡੀਆਂ ਸਰਮੋਰ ਜਥੇਬੰਦੀਆਂ ਦੇ ਅਧਿਕਾਰੀ ਹੀ ਕਿਉਂ ਨਾ ਹੋਣ, ਜਥੇਦਾਰ ਹੋਣ ਜਾਂ ਪ੍ਰਧਾਨ ਹੋਣ, ਸਾਡਾ ਫਰਜ਼ ਬਣਦਾ ਹਰ ਕਿਸੇ ਦਾ ਅਸੀਂ ਡਟ ਕੇ ਵਿਰੋਧ ਕਰੀਏ। ਜਿਹੜਾ ਵੀ ਇਨਸਾਨ ਸਾਡੇ ਗੁਰੂਆਂ ਉੱਤੇ ਉਂਗਲ ਚੱਕਦਾ ਹੈ, ਬਾਣੀ ਜਾਂ ਬਾਣੇ ਉੱਤੇ ਕਿੰਤੂ ਕਰਦਾ ਹੈ, ਜਾਂ ਸਾਡੇ ਇਤਿਹਾਸ ਦੇ ਵਿੱਚ ਮਿਲਾਵਟ ਕਰਦਾ ਹੈ, ਇਸ ਕਰਕੇ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਸਨੂੰ ਆਪਣੇ ਇਤਿਹਾਸ ਦੀ ਆਪ ਬਾਖੂਬੀ ਜਾਣਕਾਰੀ ਹੋਵੇ, ਤਾਂ ਜੋ ਸਾਨੂੰ ਆਪ ਪਤਾ ਲੱਗ ਸਕੇ ਕਿ ਇਤਿਹਾਸ ਦੇ ਵਿੱਚ ਕਿੱਥੇ ਮਿਲਾਵਟ ਕੀਤੀ ਜਾ ਰਹੀ ਹੈ, ਤਾਂ ਜੋ ਅਸੀਂ ਆਪ ਸਕਸ਼ਮ ਹੋਈਏ ਉਹਨਾਂ ਮਿਲਾਵਟਖੋਰਾਂ ਨੂੰ ਮੂੰਹ ਤੋੜ ਜਵਾਬ ਦੇਣ ਵਾਸਤੇ, ਜਿਹੜੇ ਆਏ ਦਿਨ ਇਤਿਹਾਸ ਦੇ ਵਿੱਚ ਆਪਣੀਆਂ ਘਟੀਆ ਕੋਝੀਆਂ ਚਾਲਾਂ ਚੱਲ ਕੇ ਮਿਲਾਵਟ ਕਰਦੇ ਰਹਿੰਦੇ ਨੇ ਅਤੇ ਸਾਡੇ ਬੱਚਿਆਂ ਨੂੰ ਗਲਤ ਇਤਿਹਾਸ ਸਿੱਖ ਕੌਮ ਦਾ ਪਰੋਸਣ ਦੀ ਕੋਸ਼ਿਸ਼ ਕਰ ਰਹੇ ਨੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਤਾਂ ਜੋ ਹਰ ਕਿਸੇ ਤੱਕ ਇਹ ਮੈਸੇਜ ਪਹੁੰਚ ਸਕੇ ਕਿ ਸਾਡੀ ਕੌਮ ਦੇ ਵਿੱਚ, ਸਾਡੇ ਸਿੱਖ ਇਤਿਹਾਸ ਦੇ ਵਿੱਚ ਹੁੰਦੀ ਹੋਈ ਮਿਲਾਵਟ ਰੋਕੀ ਜਾ ਸਕੇ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟ 'ਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।